ਸਤਿ ਸ਼੍ਰੀ ਅਕਾਲ ਜੀ ਅੱਜ ਪੂਰੇ ਦਿਨ ਜਿ ਕਹੀਏ ਦੁਪਹਿਰ ਤੋਂ ਬਾਅਦ ਖਬਰ ਜਿਸ ਤਰ੍ਹਾਂ ਦੇ ਨਾਲ ਸਾਹਮਣੇ ਆਈ ਕਿ ਆਖਰ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਪਦੇ ਹੀ ਪਿਤਾ ਦੇ ਉੱਤੇ ਪਰਚਾ ਕਰਾਉਣ ਤੋਂ ਗੁਰੇਜ਼ ਨਹੀਂ ਕੀ ਰਿਹਾ ਇਸ ਚੀਜ਼ ਦੀ ਵਾਹਵਾਈ ਵੀ ਬਹੁਤ ਹੋਈ ਤੇ ਪਰ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਸੀਗੇ ਉਹਨਾਂ ਨੂੰ ਲੈ ਕੇ ਆਖਰ ਗੱਲ ਕਰੂੰਗਾ ਮੈਂ ਕਿ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਗਲਤ ਤੌਰ ਤੇ ਕਿਹਾ ਉਹਨਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈਗਾ ਕਿ ਆਪਦੇ ਪਿਤਾ ਦੇ ਖਿਲਾਫ ਹੀ ਐਡਾ ਵੱਡਾ ਐਕਸ਼ਨ ਹੈ ਜਿਹੜਾ ਹੋ ਹੋ ਜੇ ਉਹਨ ਗੱਲ ਇਹ ਹੈ ਕਿ ਆਖਰ ਜਿਸ ਤਰ੍ਹਾਂ ਦੇ ਨਾਲ ਇੱਕ ਤਾਂ ਜੇ ਇਹਨੂੰ ਆਮ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਲੋਕ ਅੱਜ ਤੱਕ ਇਹ ਗੱਲ ਕਹਿੰਦੇ ਸੀਗੇ ਕਿ ਲੀਡਰਾਂ ਦੇ ਜਦੋਂ ਆਪ ਦਾ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਆਖਰ ਅੜਿੱਕੇ ਕਿਤੇ ਆਉਂਦਾ ਹੈ ਤਾਂ ਪੁਲਿਸ ਉਹ ਤੇ ਕਾਰਵਾਈ ਨਹੀਂ ਕਰਦੀ। ਪਹਿਲਾਂ ਪੁਲਿਸ ਪੁੱਛਦੀ ਆ ਉਹਨੂੰ ਤੇ ਇਸੇ ਚੀਜ਼ ਨੂੰ ਲੈ ਕੇ ਮੇਰੀ ਵੀ ਗੋਲਡੀ ਕੰਬੋਈ ਦੇ ਨਾਲ ਗੱਲ ਹੋਈ ਤੇ ਗੋਲਡੀ ਕੰਬੋਈ ਨੂੰ ਜਦੋਂ ਮੈਂ ਪੁੱਛਿਆ ਕਿ ਆਖਰ ਜਿਹੜਾ ਇਹ ਪਰਚਾ ਦੱਜ ਹੋਇਆ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਸ ਪਰਚੇ ਦੇ ਵਿੱਚ ਕੋਈ ਅੜਚਣ ਨਹੀਂ ਪੈਦਾ ਕਰੀ। ਗੋਲਡੀ ਕੰਬੋਈ ਦਾ ਕਹਿਣਾ ਸੀਗਾ ਕਹਿੰਦੇ ਲੋਕਾਂ ਨੇ ਸਾਨੂੰ ਐਮਐਲਏ ਠੱਗੀਆਂ ਮਾਰਨ ਨੂੰ ਨਹੀਂ ਆਖਰ ਕਰ ਬਣਾਇਆ। ਸਾਨੂੰ ਲੋਕਾਂ ਨੇ ਕੰਮ ਵਾਸਤੇ ਬਣਾਇਆ ਤੇ ਆਖਰ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਮ ਨਨੂੰ ਇਹ ਪੁੱਛਿਆ ਸੀਗਾ ਕਿ ਆਖਰ ਅਮ ਤੌਰ ਤੇ ਹੁੰਦਾ ਕਿ ਜਦੋਂ ਮੰਨੋ ਚਾਹੇ ਨਾ ਮੰਨੋ ਪਰ ਜਦੋਂ ਕਿਸੇ ਵੀ ਖਾਸ ਕਰਕੇ ਐਮਐਲਏ ਦੀ ਗੱਲ ਹੋਵੇ ਜਾਂ ਕੋਈ ਰਸੂਕਦਾਰ ਦੀ ਗੱਲ ਹੋਵੇ ਤਾਂ ਜਦੋਂ ਕਿਤੇ ਅਪਲੀਕੇਸ਼ਨ ਐਸਐਚਓ ਦੇ ਕੋਲੇ ਜਾਂਦੀ ਆ ਤਾਂ ਉਹ ਐਪਲੀਕੇਸ਼ਨ ਨੂੰ ਲੈ ਕੇ ਐਸਐਚਓ ਫੋਨ ਕਰਕੇ ਪੁੱਛਦਾ ਹੈ ਕਿ ਇਦੇ ਤੇ ਕਾਰਵਾਈ ਕਰੀਏ ਜਾਂ ਨਾ ਕਰੀਏ ਤਾਂ ਐਸੀ ਇਹੀ ਸਵਾਲ ਦੇ ਉੱਤੇ ਗੋਲਡੀ ਕਮੋਜ ਦਾ ਕਹਿਣਾ ਸੀਗਾ ਕਹਿੰਦੇ ਵੀ ਮੈਂ ਅਸੀਂ ਇੱਕ ਗੱਲ ਸਪਸ਼ਟ ਆ ਸਾਡੀ ਭਗਵੰਤਪਾਨ ਦੀ ਸਰਕਾਰ ਦੀ ਕਿ ਅਸੀਂ ਜ਼ੀਰੋ ਟੋਲਰੈਂਸ ਜਿਹੜਾ ਰੱਖਦੇ ਆ ਤੇ ਨਾਲ ਨਾਲ ਐਸੇ ਕਰਕੇ ਜਿਹਦੇ ਉਹਨਾਂ ਦੇ ਪਿਤਾ ਦੇ ਉੱਤੇ ਵੀ ਪਰਚਾ ਦਰਜ ਹੋਇਆ ਹਾਲਾਂਕਿ ਉਹਨਾਂ ਨੇ ਕਿਹਾ ਕਹਿੰਦੇ ਮੈਂ ਵੱਖ ਰਹਿਣਾ ਮੇਰੇ ਪਿਤਾ ਦੇ ਨਾਲ ਨਹੀਂ ਮੈਂ ਰਹਿੰਦਾ ਹੈਗਾ ਵੀ ਜੇਕਰ ਉਹਨਾਂ ਨੇ ਗਲਤ ਕਰਿਆ ਤਾਂ ਫਿਰ ਪਰਚਾ ਕਿਉਂ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਵਕੀਲਾਂ ਨੂੰ ਵੀ ਕਰਨ ਕਰਾਏ ਕਿ ਜੇਕਰ ਇਹ ਪਰਚਾ ਪੁਲਿਸ ਦਰਜ ਕਰੂਗੀ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਹੁਣ ਇਹਦੇ ਕਈ ਮਾਇਨੇ ਨੇ ਇੱਕ ਤਾਂ ਇਹ ਹੀ ਕਿ ਆਖਰ ਇੱਕ ਤਰਤਾ ਇਹ ਆ ਕਿ ਕਿਸੇ ਬੰਦੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਉਹ ਸਰਾਸਰ ਗਲਤ ਹੈ ਕਿਸ ਤਰ੍ਹਾਂ ਦੇ ਨਾਲ ਉਹ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਉਹਦੇ ਉੱਤੇ ਪੁਲਿਸ ਨੇ ਕਾਰਵਾਈ કરી ਜਿਹੜਾ ਕਿ ਬਹੁਤ ਵਧੀਆ ਹੁਣ ਦੂਜਾ ਜਿਹੜਾ ਐਂਗਲ ਸੋਚਿਆ ਜਾਵੇ ਤਾਂ ਆਖਰਕਾਰ ਇਹ ਹੈ ਵੀ ਇੱਕ ਇੱਕ ਐਮਐਲਏ ਨੇ ਆਪਦੇ ਹੀ ਪਰਿਵਾਰ ਜਨ ਦੇ ਉੱਤੇ ਪਰਚਾ ਕਰਾਉਣ ਦੇ ਉੱਤੇ ਹਾਲਾਂਕਿ ਹਾਮੀ ਭਰੀ ਨਾ ਕੀ ਉਸੀ ਦਾ ਵਿਰੋਧ ਕਰਿਆ ਇਹ ਵੀ ਚੀਜ਼ ਜੇ ਦੇਖਿਆ ਜਾਵੇ ਵਧੀਆ ਤੀਸਰਾ ਆ ਗਿਆ ਕਿ ਆਖਰਕਾਰ ਪਿਓ ਪੁੱਤ ਦਾ ਰਿਸ਼ਤਾ ਪਿਓ ਪੁੱਤ ਦਾ ਰਿਸ਼ਤਾ ਕੀ ਆਖਰਕਾਰ ਇਹਦੇ ਉੱਤੇ ਹੁਣ ਇਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤੁਸੀਂ ਵੀ ਕਮੈਂਟ ਕਰਕੇ ਆਪਦੀ رائے ਦਿਓ ਨਾਲ ਨਾਲ ਕਿ ਕਿਉਂਕਿ ਜਦੋਂ ਇਹ ਖਬਰਾਂ ਕਈ ਥਾਵਾਂ 'ਤੇ ਨਸਰ ਹੋਈਆਂ ਤਾਂ ਉਹ ਖਬਰਾਂ ਦੇ ਉੱਤੇ نیچے ਕਈ ਲੋਕ ਕਮੈਂਟ ਕਰ ਰਹੇ ਸੀ ਕਿ ਇਹ ਸਹੀ ਨਹੀਂ ਹੋਇਆ ਠੀਕ ਨਹੀਂ ਇੱਕ ਪੁੱਤ ਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਆਖਰਕਾਰ ਜਦੋਂ ਕੋਈ ਜੁਰਮ ਕਰਦਾ ਕੋਈ ਗਲਤ ਕਰਦਾ ਤਾਂ ਆਖਰਕਾਰ ਕੀ ਰਿਸ਼ਤੇ ਆੜੇ ਹੋਣੇ ਚਾਹੀਦੇ ਨੇਗੇ ਜਿਵੇਂ ਕਿ ਗੋਲਡੀ ਕਮੋਜ ਨੇ ਤਾਂ ਸਪਸ਼ਟ ਕਰਤਾ ਕਿ ਆਖਰ ਜੇਕਰ ਮੇਰਾ ਪਿਤਾ ਮੇਂ ਪਿਓ ਵੀ ਨੇ ਪਰ ਜੇ ਉਹ ਗਲਤ ਕਰਦਾ ਤਾਂ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪ ਜੇਕਰ ਸਾਡਾ ਕੋਈ ਚਾਹੇ ਪਹਿਲਾ ਮੰਤਰੀ ਸੀ ਫਿਰ ਐਮਐਲਏ ਦੀ ਗੱਲ ਆਈ ਚਾਹੇ ਹੁਣ ਗੱਲ ਆਵੇ ਆ ਜੇ ਐਮਐਲਏ ਦੇ ਪਿਓ ਦੀ ਤਾਂ ਆਖਰਕਾਰ ਉਹਦੇ ਤੇ ਕਾਰਵਾਈ ਤੇ ਪਿੱਛੇ ਨਹੀਂ ਹਟਾਂਗੇ ਹੁਣ ਇਹਨੂੰ ਕਿਹੜੇ ਨਜ਼ਰੀਏ ਦੇ ਨਾਲ ਲਿਆ ਜਾਵੇ ਕੀ ਆਖਰਕਾਰ ਇੱਕ ਪਿਓ ਪੁੱਤ ਦੇ ਰਿਸ਼ਤੇ ਨੂੰ ਲੈ ਕੇ ਕੀ ਸਵਾਲ ਉੱਠਦੇ ਨੇ ਜਾਂ ਫਿਰ ਇਹ ਠੀਕ ਹੈ ਕਿ ਜੇਕਰ ਕੋਈ ਗਲਤ ਕਰ ਰਿਹਾ ਸੀਗਾ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਸੀਗੀ ਕਮੈਂਟ ਕਰਕੇ ਆਪਦੀ ਰਾਏ ਦਿਓ ਤੇ ਨਾਲ ਨਾਲ ਦੱਸਿਓ ਵੀ ਆਖਰਕਾਰ ਜਿਹੜਾ ਇਹ ਪੂਰੀ ਘਟਨਾ ਹੋਈ ਤਾਂ ਕੀ ਆਖਰ ਮੈਸੇਜ ਅੱਗੇ ਨੂੰ ਉਹ ਦਿੰਦੀ ਹੈ ਤੇ ਕੀ ਇਦੇ ਨਾਲ ਆਮ ਆਦਮੀ ਪਾਰਟੀ ਦੀ ਠੁੱਕ ਵਧੀ ਹੈਗੀ। ਪ੍ਰੋਦੀ ਭਾਵੇਂ ਇਸ ਚੀਜ਼ ਨੂੰ ਲੈ ਕੇ ਕਈ ਸਵਾਲ ਵੀ ਚੁੱਕ ਰਹੇ ਨੇ ਪਰ ਦੂਜੇ ਪਾਸੇ ਤਾਂ ਗੱਲ ਇਹ ਵੀ ਆ ਕਿ ਆਖਰ ਪਿਓ ਦੇ ਉੱਤੇ ਕਾਰਵਾਈ ਮੁੰਡੇ ਦੇ ਵੱਲੋਂ ਖੁਦ ਕਰਵਾਣੀ। ਜਿਉਂ ਕਿ ਕੋਰਡੀ ਕੰਬੋਜ ਖੁਦ ਦੱਸਦੇ ਨੇ ਕਿ ਸ਼ਾਮ ਦੇ ਸਮੇਂ ਜਦੋਂ ਉਹਨਾਂ ਨੂੰ ਇਹ ਫੋਨ ਆਇਆ ਤੇ ਨਾਲ ਤੁਹਾਨੂੰ ਮੈਂ ਉਹਨਾਂ ਦੀ ਲਾਸਟ ਚ ਗੱਲ ਵੀ ਸੁਣਾਉਂਗਾ ਕਿ ਸ਼ਾਮ ਨੂੰ ਫੋਨ ਆਇਆ ਤਾਂ ਕਹਿੰਦੇ ਕਹਿੰਦੇ ਮੈਨੇ ਸਿੱਧੇ ਤੌਰ ਤੇ ਕਹਿ ਆ ਕਿ ਜਾ ਕੇ ਥਾਣੇ ਕੰਪਲੀਟ ਦੇ ਤੇ ਕਾਰਵਾਈ ਹੋਊਗੀ ਤੇ ਕਾਰਵਾਈ ਕਹਿੰਦੇ ਫਿਰ ਹੋਈ ਵੀ। ਹੁਣ ਇਹ ਪੂਰੇ ਨਜ਼ਰੀਏ ਨੂੰ ਲੋਕ ਕਿਵੇਂ ਸੋਚਦੇ ਨੇ? ਤੁਸੀਂ ਵੀ ਆਪਦੀ ਕਮੈਂਟ ਕਰਕੇ رائے ਦਿ ਪਹਿਲੀ ਵਾਰੀ ਹੋਇਆ ਸ਼ਾਇਦ ਇਹ ਕਿ ਆਖਰ ਮੌਜੂਦਾ ਸਰਕਾਰ ਦੇ ਮੌਜੂਦਾ ਐਮਐਲਏ ਨੇ ਆਪਦੇ ਰਿਸ਼ਤੇਦਾਰ ਕਹਿ ਲੋ ਜਾਂ ਹੁਣ ਇਹਨੂੰ ਕਹੀਏ ਕਿ ਆਪਦੇ ਪਿਓ ਦੇ ਉੱਤੇ ਜਾਂ ਕਹੀਏ ਕਿ ਆਪਦੇ ਕਿਸੇ ਖਾਸ ਨੂੰ ਲੈ ਕੇ ਕਾਰਵਾਈ ਦੇ ਵਿੱਚ ਕੋਈ ਰੋੜਾ ਨਹੀਂ ਅੜਕਾਇਆ ਉਲਟਾ ਕਾਰਵਾਈ ਕਰਵਾਈ